ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦਾ, ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਦੋਸਤਾਂ ਨਵੀਂ ਤੋਂ ਨਵੀਂ ਚੀਜ਼ ਲਿਆ ਕੇ ਦੇਵਾਂ, ਉਹਦੇ ਵਾਸਤੇ ਮੈਨੂੰ ਪਹੁੰਚ ਜਿੰਨਾ ਮਰਜ਼ੀ ਸਫ਼ਰ ਕਰਨਾ ਪਵੇ। ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਮੱਝ ਦੀ। ਇਸ ਮੱਝ ਦੀ ਮੈਂ ਜਨਾਬ ਥੋੜ੍ਹੀ ਦੇਰ ਨੂੰ ਇਹਨੂੰ ਚੁਆਈ ਕਰਾਉਣੀ ਹੁਣੇ ਹੀ ਤੁਹਾਡੇ ਸਾਹਮਣੇ। ਮੈਂ ਕਿਹਾ ਚੁਆਈ ਤੋਂ ਪਹਿਲੇ ਵੀ ਇਹ ਮੱਝ ਵਿਖਾ ਲਵਾਂ ਅਤੇ ਚੁਆਈ ਤੋਂ ਬਾਅਦ ਵੀ ਤੁਹਾਨੂੰ ਇਹ ਮੱਝ ਵਿਖਾ ਦਿਆਂਗਾ ਅਤੇ ਗੜਵੀਆਂ ਦੁੱਧ ਨੂੰ ਮਾਰ ਲਾਂਗਾ। ਇਹ ਮੇਰਾ ਕੈਮਰਾਮੈਨ ਮੱਝ ਦਿਖਾ ਰਿਹਾ, ਹੁਣੇ ਮੈਂ ਇਹਦੀ ਚੁਆਈ ਕਰਾਉਣਾ, ਫਿਰ ਦੁੱਧ ਸ਼ੁੱਧ ਦਾ ਰਿਕਾਰਡ ਸਾਹਮਣੇ ਆ ਜਾਏਗਾ, ਇਹਦਾ ਬੱਚਾ ਵੀ ਦਿਖਾ ਦਿੰਦੇ ਹਾਂ। ਅਤੇ ਮੈਂ ਕਿਹਾ ਚੋਣ ਤੋਂ ਪਹਿਲੇ ਵੀ ਤੁਹਾਨੂੰ ਇੱਕ ਨਜ਼ਰ ਮਰਵਾ ਦਿਆਂ ਅਤੇ ਚੋਣ ਤੋਂ ਬਾਅਦ ਵੀ ਤੁਹਾਨੂੰ ਨਜ਼ਰ ਮਰਵਾ ਦਿਆਂ। ਇਹ ਮੱਝ ਹੈ ਜੀ, ਮੇਰਾ ਕੈਮਰਾਮੈਨ ਤਸੱਲੀਆਂ ਕਰਾਏਗਾ ਤੁਹਾਡੀਆਂ, ਅਲਹਮਦੁਲਿਲਾ। ਔਰ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਇਹ ਚੁਆਈ ਤੋਂ ਪਹਿਲੇ ਦੀ ਵੀਡੀਓ ਜੀ, ਹੁਣੇ ਆਪਾਂ ਇਹਨੂੰ ਚੋ ਕੇ ਗੜੀਆਂ ਵੀ ਮਾਰ ਲੈਣੀਆਂ ਨੇ ਇਸ ਮੱਝ ਨੂੰ ਜੀ। ਅਤੇ ਤਸੱਲੀਆਂ ਕੈਮਰਾਮੈਨ ਸਭ ਵਧੀਆ ਕਰਾਓ। ਅਤੇ ਡਰ ਰਹੀ ਹੈ ਥੋੜ੍ਹੀ ਜੀ ਇਹ ਮੱਝ, ਕੋਈ ਗੱਲ ਨਹੀਂ, ਮੱਝਾਂ ਡਰਦੀਆਂ ਹੀ ਹੁੰਦੀਆਂ ਨੇ। ਖੈਰ ਇਹ ਚੁਆਈ ਤੋਂ ਪਹਿਲੇ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ, ਤੁਹਾਡੇ ਸਾਹਮਣੇ ਚੁਆਈ ਹੋਵੇਗੀ, ਤੁਹਾਡੇ ਸਾਹਮਣੇ ਸਾਰਾ ਕੁਝ ਹੋਵੇਗਾ ਹਿਸਾਬ ਕਿਤਾਬ। ਕੈਮਰਾਮੈਨ ਸਾਹਿਬ ਇਹਨੂੰ ਵਿਖਾ ਰਹੇ ਹੋ ਸਲੀ ਨਮਾਜ਼ ਨੂੰ, ਇਹ ਡਰ ਰਹੀ ਜੀ ਕਰਮਾਂ ਵਾਲੀ, ਵਾਨਾ ਵੂਨਾ ਬਥੇਰਾ ਲਈ ਖੜੀ ਹੈ, ਸ਼ਾਹ ਕਾਲੀ ਝੋਟੀ ਹੈ ਜੀ। ਬਾਕੀ ਬਾਅਦ 'ਚ ਮੈਂ ਮਾਲਕ ਨਾਲ ਗੱਲਾਂ ਕਰਾਂਗਾ, ਰੇਟਾਂ ਦੀਆਂ ਵੀ, ਸੂਏ ਦੀਆਂ ਵੀ। ਧੁੰਨੀ ਕੌੜੀ ਬਿਲਕੁਲ ਕੋਈ ਨਹੀਂ, ਸੂਇਆਂ ਦੀਆਂ ਵੀ ਬਾਅਦ 'ਚ ਗੱਲਾਂ ਕਰਾਂਗਾ, ਮੱਝ ਦੀਆਂ ਗੱਲਾਂ ਬਾਅਦ 'ਚ ਕਰਾਂਗਾ ਕਿ ਕਿੰਨੇ ਦਿਨਾਂ ਦੀ ਸੂਈ ਹੈ, ਚੁਆਈ ਕਰਾ ਕੇ। ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਬਾਅਦ 'ਚ ਕਰਾਂਗੇ ਜੀ। ਇਹਦੀ ਚੁਆਈ ਕਰਾ ਕੇ ਕੈਮਰਾਮੈਨ ਸਾਹਿਬ ਇਹਦੀਆਂ ਤਸੱਲੀਆਂ ਕਰਵਾ ਦਿਓ ਇਸ ਝੋਟੀ ਦੀਆਂ। ਇਹ ਚੋਣ ਤੋਂ ਪਹਿਲੇ ਦੀ ਵੀਡੀਓ ਜੀ, ਤੁਸੀਂ ਚੈੱਕ ਕਰ ਲੈਣਾ। ਹੁਣ ਬੱਚਾ ਛੱਡੋ ਜੀ, ਕੈਮਰਾਮੈਨ ਸਾਹਿਬ ਵਿਖਾਓ, ਸੱਲੀ ਕਰਾ ਦਿਓ ਝੋਟੀ ਦੀ, ਅਗਲੇ ਪਾਸੋਂ ਕਰਾ ਦਿਓ, ਮਾੜੀ ਨੇੜੇ ਜਾ ਕੇ ਖਾਣ ਝੋਟੀ ਥੋੜ੍ਹੀ। ਇਹ ਝੋਟੀ ਹੈ ਜੀ, ਇਹ ਬੱਚਾ ਛੱਡਤਾ ਮਾਲਕ ਨੇ, ਇਹ ਤੁਹਾਡੇ ਸਾਹਮਣੇ ਬੱਚਾ ਥੱਲੇ ਪੈ ਗਿਆ ਜੀ। ਕੈਮਰਾਮੈਨ ਸਾਹਿਬ ਇੱਥੇ ਜਾਓ, ਬਹਿ ਤਸੱਲੀ ਨਾਲ, ਕੈਮਰਾ ਫਿੱਟ ਕਰਕੇ, ਆਸੇ ਪਾਸੇ ਨਹੀਂ ਵੇਖਣਾ, ਕੈਮਰਾ ਆਸੇ ਪਾਸੇ ਨਹੀਂ ਕਰਨਾ, ਇੱਥੇ ਬਹਿ ਜਾਓ ਤਸੱਲੀ ਨਾਲ। ਜਿਵੇਂ ਮੱਝ ਦੀ ਚੁਆਈ ਹੋਵੇਗੀ, ਮਦਰ ਹੁਸੈਨ ਟੀ ਵੀ ਗੜਵੀਆਂ ਮਾਰ ਲਏਗਾ, ਦੁੱਧ ਰਿਕਾਰਡ ਮਦਰ ਹੁਸੈਨ ਟੀ ਵੀ ਦੇ ਸਾਹਮਣੇ ਆ ਜਾਏਗਾ। ਮਾਲਕ ਨੂੰ ਪੁੱਛਾਂਗਾ ਕਿ ਕਿੰਨੇ ਦਿਨਾਂ ਦੀ ਇਹ ਸੂਈ ਹੈ, ਕਿੰਨਵੇਂ ਸੂਏ, ਕਿੰਨਾ ਹਜ਼ਰ ਮੇਰੇ ਕੋਲ ਦੁੱਧ ਕਰਦੀ ਪਈ ਹੈ, ਉਹ ਤਾਂ ਆਪਣੇ ਸਾਹਮਣੇ ਆ ਜਾਣਾ ਜੀ। ਮੱਝ ਸੀਲ ਸਾਹੂ ਹੈ ਜੀ, ਉਹ ਕੋਈ ਐਸੀ ਗੱਲ ਨਹੀਂ, ਅਤੇ ਉਹ ਕੋਈ ਵਾਧਾ ਘਾਟਾ ਨਹੀਂ। ਮੈਂ ਜਨਾਬ ਇੱਥੇ ਬਹਿ ਜਾਂਦਾ ਸਾਈਡ 'ਤੇ ਹੋ ਕੇ, ਅਤੇ ਕੈਮਰਾਮੈਨ ਸਾਹਿਬ ਤੁਸੀਂ ਤਸੱਲੀ ਕਰਾਉਣੀ ਭਾਈ, ਜਿਵੇਂ ਮੱਝ ਪਸਵੇਂ ਇਹ ਮੱਝ ਸਾਰੀ ਚੋ ਕੇ ਖਾਵਣੀ ਹੈ, ਬੱਚੇ ਨੂੰ ਆਪੇ ਗੜੀਆਂ ਗੁੜੀਆਂ ਨਾਲ ਦੇ ਲਿਆ ਜੇ ਆਪਣਾ ਉਹਦੇ ਬੋਤਲਾਂ ਬੋਤਲਾਂ ਨਾਲ, ਅਤੇ ਮੈਂ ਫਿਰ ਇਹਦੀ ਤਸੱਲੀ ਕਰਾ ਲਾਂਗਾ। ਦੁੱਧ ਸਾਹਮਣੇ ਆ ਜਾਵੇ ਕਿ ਦੁੱਧ ਥੋੜ੍ਹਾ ਬਹੁਤਾ ਹੀ ਛੱਡ ਦਿਆ ਜੀ, ਦੁੱਧ ਕੋਈ 3.5 ਕਿਲੋ ਛੱਡ ਚੰਗਾ ਲਵੀਂ, ਅਤੇ ਬਾਅਦ 'ਚ ਫਿਰ ਪਤਾ ਲੱਗ ਜਾਏਗਾ ਦੁੱਧ ਆਪਣੀ ਮੱਝ ਥੱਲੇ ਕਿੰਨਾ ਕਿੰਨਾ ਨਹੀਂ। ਅਤੇ ਚੋਣੀ ਸਪੀਡ ਨਾਲ ਮੇਰਾ ਭਰਾ, ਅਤੇ ਵੀਡੀਓ ਫਿਰ ਲੰਮੀ ਨਾ ਹੋਣ ਦਿਆ ਕਰੋ, ਫਿਰ ਨੈੱਟ 'ਤੇ ਚੜ੍ਹਨ ਲੱਗਿਆ ਬੜਾ ਮਸਲਾ ਕਰਦੀ ਹੈ। ਅਤੇ ਇਹ ਝੋਟੀ ਹੈ ਜੀ, ਨੈੱਟ ਨਹੀਂ ਬੰਦ ਕੀਤਾ, ਮਾਲਕ ਨੇ ਬੱਚਾ ਵੀ ਲਾ ਦਿੱਤਾ ਜੀ। ਜਿਵੇਂ ਇਹ ਮੱਝ ਪਸਵੇਂਗੀ ਉਵੇਂ ਚੁਆਈ ਕਰਾ ਦਿਆਂਗੇ ਜੀ, ਪਹਿਲੇ ਗਾੜੀ 'ਚ ਆਉਣੀ ਭਾਈ, ਤਾਂ ਕਿ ਸਾਨੂੰ ਪਤਾ ਚੱਲ ਜਾਵੇ ਇਹਦਾ ਕੋਈ ਥਣ ਧਾਰਾਂ ਵੱਧ ਘੱਟ ਜਾਂ ਕੋਈ ਥਣ 'ਚ ਚੱਟਾ ਫੁਆਰਾ, ਅਗਾੜੀ ਦਾ ਵੀ ਸਾਨੂੰ ਪਤਾ ਲੱਗ ਜਾਵੇ 2 ਕਿਲੋ 1.5 ਕਿਲੋ 1.5 ਕਿਲੋ 3 ਕਿਲੋ, ਉਹ ਮਦਰ ਹੁਸੈਨ ਟੀ ਵੀ 'ਤੇ ਸਾਰਾ ਕੁਝ ਸਾਹਮਣੇ ਆ ਜਾਏਗਾ। ਭਾਈ ਜੀ ਇਹ ਮੰਜੀ ਇੱਥੇ ਨਹੀਂ ਲੈਣ ਦੇ, ਮਿਹਰਬਾਨੀ ਕਰਦੇ, ਅਸੀਂ ਵੀ ਬਹਿ ਰਹੀਏ ਇੱਥੇ ਕਿਉਂਕਿ ਟਾਈਮ ਲੱਗ ਜਾਣਾ। ਤਾਂ ਫਿਰ ਕੈਮਰਾਮੈਨ ਸਾਹਿਬ ਸਾਈਡ 'ਤੇ ਰਹਿ ਜਾਣਾ, ਬੱਚਾ ਵੀ ਪਿਆ ਬੰਨਣਾ, ਬਸ ਠੀਕ ਇੱਥੇ ਇੱਥੇ ਭਾਈ ਇੱਥੇ ਬੱਚਾ ਵੀ ਉਹਨਾਂ ਨੇ ਬੰਨਣਾ। ਲਓ ਜੀ ਮਦਰ ਹੁਸੈਨ ਟੀ ਵੀ ਗਿਆ ਬਹਿ, ਅਤੇ ਕੈਮਰਾਮੈਨ ਸਾਹਿਬ ਤੁਸੀਂ ਜਿਹੜਾ ਨਾ ਉਹ ਤਸੱਲੀ ਨਾਲ ਮੱਝ ਦੇ ਕੋਲੇ ਹੋ ਜਾਓ, ਅਤੇ ਐਨ ਵਿੱਚ ਲਾ ਕੇ ਰੱਖੋ, ਨਜ਼ਰ ਮੈਂ ਵੀ ਵਿੱਚ ਰੱਖਣਾ। ਭਾਈ ਜੀ ਆਹ ਬੱਚਾ ਫੜੋ ਤੁਸੀਂ,
ਤਾਂ ਉੱਥੇ ਜਾਂਦਾ ਜਾਣਾ ਭਾਈ ਨੂੰ ਕਹਿਣਾ ਇਸ ਸਾਈਡ 'ਤੇ ਹੋਇਆ ਥੋੜ੍ਹਾ ਜਿਹਾ ਭਾਂਡਾ ਭੁੰਡਾ ਵਿਖਾ ਲਿਆ ਜੇ ਖਾਲੀ ਕਰਕੇ। ਮੈਂ ਜਿੰਨਾ ਡਰ ਜਾ ਉੱਥੇ ਸਾਈਡ 'ਤੇ ਹੋ ਗਿਆ ਨਾ ਭਾਈ ਨੇ ਉੱਧਰ ਕਰਕੇ, ਜਿਵੇਂ ਇਹਦੀ ਚੁਆਈ ਹੋ ਜਾਏਗੀ ਮਦਰ ਸੈਂਟੀ ਵੀ ਗੜਵੀਆਂ ਮਾਰ ਲਿਆ ਗਾ। ਬੱਚੇ ਨੇ 3.5 ਕਿਲੋ ਚੁੰਘ ਲਿਆ ਜੀ ਇੱਥੇ ਬੰਨ ਯਾਰ ਬੱਚੇ ਨੂੰ, ਹੁਣੇ ਭਾਈ ਚੁਆਈ ਕਰਾਵੇਗਾ। ਕੈਮਰਾਮੈਨ ਸਾਹਿਬ ਤੁਸੀਂ ਥੋੜ੍ਹਾ ਜਿਹਾ ਉੱਥੇ ਸਾਈਡ 'ਤੇ ਚਲੇ ਜਾਓ ਮੱਝ 'ਤੇ, ਇੱਕ ਵਾਰੀ ਭਾਈ ਨੂੰ ਬਹਿ ਜਾਣ ਦੇ, ਇਹ ਡਰ ਨਾ ਜਾਵੇ ਜੀ, ਕਿਉਂਕਿ ਜਾਨਵਰ ਡਰ ਐਵੇਂ ਜਾਂਦਾ। ਸੋਹਣਾ ਪਸਮਾਏ ਮਾਸ਼ਾਅੱਲਾ। ਕੈਮਰਾਮੈਨ ਸਾਹਿਬ ਇੱਥੇ ਬਹਿ ਜਾਓ ਤੁਸੀਂ ਸਾਈਡ 'ਤੇ, ਭਾਈ ਜੀ ਤੁਸੀਂ ਥੋੜ੍ਹੀ ਜਿਹੀ ਸੈਰ ਦੇਣੀ ਕੈਮਰਾਮੈਨ ਸਾਹਿਬ ਨੂੰ, ਤਾਂ ਕਿ ਨਾ ਧਾਰਾਂ ਵਿੱਚ ਨਜ਼ਰ ਆਉਣ ਵੱਜਦੀਆਂ। ਕੈਮਰਾਮੈਨ ਸਾਹਿਬ ਤੁਸੀਂ ਮੱਝ ਬੰਨੇ ਵੀ ਖਿਆਲ ਕਰਨਾ ਕਿ ਗੁੱਥਾਨ 'ਚ ਛੱਟਾ ਫੁਹਾਰਾ ਪਹਿਲੇ ਗਾੜੀ 'ਚ ਵਾ ਲਓ, ਫਿਰ ਪਛਾੜੀ 'ਚ ਵਾ ਲਾਂਗੇ। ਗਾੜੀ ਦਾ ਦੁੱਧ ਵੀ ਲੈ ਲਓ ਖਾ ਦਿਆ ਜੇ, ਇਹ ਕਿੰਨਾ ਕੁ ਕਿਲੋ, 2 ਕਿਲੋ 2.5 ਕਿਲੋ, ਛੋਟੇ ਤਾਰ 'ਚ ਨਾ ਵੱਜੀ ਬਾਈ, ਜਿਵੇਂ ਮੱਝ ਚੁੱਪਦੀ ਉਵੇਂ ਗੜਵੀਆਂ ਮਾਰ ਲੈਂਦੇ ਹਾਂ। ਥੋੜ੍ਹੀ ਜਲਦੀ ਕਰੋ ਜੀ ਬਸ, ਇਹ ਬਾਲਟੀ ਵਿਖਾ ਲਿਆ ਜੀ ਕੈਮਰੇ 'ਚ ਮੋਦੀ ਕਰਕੇ, ਚੋਵੋ ਜੀ ਗਾੜੀ। ਕੈਮਰਾਮੈਨ ਸਾਹਿਬ ਖਿਆਲ ਰੱਖਿਆ ਛੱਟੇ ਫੁਹਾਰੇ ਦੇ ਵਿੱਚ, ਉਹ ਛੱਟਾ ਫੁਹਾਰਾ ਥਾਣੇ ਦੇ ਵਿੱਚ ਇਹ ਖਿਆਲ ਕਰਿਆ ਜੇ, ਟਿਕਾ ਕੇ ਲਾ ਕੇ ਰੱਖੋ ਕੈਮਰਾ, ਮੈਂ ਵੀ ਸਾਹਮਣੇ ਬੈਠਾ, ਕੋਈ ਐਸੀ ਗੱਲ ਨਹੀਂ, ਜਿਵੇਂ ਇਹ ਚੁਪੇਗੀ ਉਵੇਂ ਗੜਵੀਆਂ ਮਾਰ ਲਿਆ ਗਿਆ ਮਦਰ ਸੈਂਟੀ ਵੀ। ਬੰਦੇ ਦੱਸਦੇ ਦੁੱਧ ਇੰਨਾ ਤਾਂ ਇੰਨਾ, ਉਹ ਮਦਰ ਸੈਂਟੀ ਵੀ ਜਿਹੜਾ ਸ਼ੱਕ ਸ਼ੁਬਾ ਕੱਢ ਲੈਂਦਾ ਆਪਦਾ, ਇਹ ਕਿਉਂ ਆ ਰਿਹਾ, ਮੈਂ ਤਾਂ ਐਰਰ ਆ ਗਿਆ ਵੀਡੀਓ 'ਚ, ਟਾਟਾ ਨਹੀਂ ਨਾ ਬੰਦ ਕੀਤਾ, ਐਰਰ ਆ ਗਿਆ ਫਿਰ ਚੜ੍ਹਨੀ ਨਹੀਂ ਨੈੱਟ 'ਤੇ। ਲਓ ਜੀ ਕੈਮਰਾਮੈਨ ਸਾਹਿਬ ਨਜ਼ਰ ਲਾ ਕੇ ਰੱਖੋ ਤੁਸੀਂ, ਇਹ ਗਾੜੀ ਵਿਖਾ ਲਓ ਕੈਮਰਾਮੈਨ ਸਾਹਿਬ, ਕਿੰਨੀ ਗਾੜੀ, 2 ਕਿਲੋ, ਬਸ ਠੀਕ ਹੈ। ਲਓ ਜੀ ਹੁਣ ਪਛਾੜੀ 'ਚੋ ਭਾਈ, ਕੈਮਰਾਮੈਨ ਸਾਹਿਬ ਸੱਲੀ ਨਾਲ ਨਿਕਲ ਆ ਕੇ ਰੱਖੋ, ਕੋਈ ਛੱਟਾ ਫੁਹਾਰਾ ਜਾਂ ਕੋਈ ਥਾਣੇ ਦੇ ਵਿੱਚੋਂ ਫੁਹਾਰ ਫੁਹਾਰ ਖਿੰਡਦੀ ਜਾਂ ਧਾਰਾਂ ਵੱਧ ਕਾਟੇ ਵੀ ਜ਼ਿਆਦਾ ਲਾਈ ਰੱਖਿਆ ਜੀ ਕੋਲੇ ਬੈਠੇ, ਮੈਂ ਥੋੜ੍ਹਾ ਜਿਹਾ ਦੂਰ ਬੈਠਾ ਜੀ, ਮੱਝ ਕੋਈ ਡਰ ਡੁਰ ਨਾ ਜਾਵੇ। ਬੰਦਾ ਚੋਹ ਤਾਂ ਬੜੀ ਸਪੀਡ ਨਾਲ ਰਿਹਾ,
ਲੇਕਿਨ ਵੀਡੀਓ ਫਿਰ ਵੀ 15-20 ਮਿੰਟ ਦੀ ਬਣ ਜਾਂਦੀ। ਉਹ ਚੜ੍ਹਾਉਣ ਲੱਗਿਆ ਸਾਡੇ ਵਾਸਤੇ ਬੜਾ ਮਸਲਾ ਬਣਦਾ। ਅਤੇ 15 ਮਿੰਟ ਦੀ ਬਣ ਜਾਣੀ ਵੇਖ ਲਿਆ। ਅਜੇ ਚੁਆਈ ਆਪਣਾ ਗੜਵੀਆਂ ਮਾਰਨੀਆਂ ਨੇ, ਰੇਟ ਸ਼ੇਟ ਪੁੱਛਣਾ, ਸਾਰਾ ਕੁਝ ਪੁੱਛਣਾ ਬੰਦੇ ਕੋਲ। ਅਜੇ ਤਾਂ ਕੰਮ ਸਟਾਰਟ ਕੀਤਾ, ਨੈੱਟ ਤਾਂ ਫਿਰ ਬਹੁਤ ਔਖੀ ਚੜ੍ਹਦੀ ਹੈ ਨਾ ਵੀਡੀਓ ਜਿਵੇਂ ਵੱਡੀ ਬਣ ਜਾਂਦੀ। ਅਸੀਂ ਉਹ ਕਿੱਥੇ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਹੁੰਦਾ, ਇੱਥੋਂ ਚਾੜਨੇ ਸੀ। ਹਾਂ, ਨੈਟਵਰਕ ਸਲੋ ਹੁੰਦਾ, ਸਪੀਡ ਸਲੋ ਹੁੰਦੀ। ਨਵਾਈ ਤਾਂ ਸਾਨੂੰ ਤਾਂ ਫਿਰ ਰਾਤਾਂ ਪੈ ਜਾਂਦੀਆਂ ਕਿੰਨੇ ਕਿੰਨੇ ਦਿਨ ਬਾਹਰ, ਸਾਨੂੰ ਉਹ ਵਾਰਾਂ ਨਹੀਂ ਖਾਂਦੀ। ਅਸੀਂ ਤਾਂ ਟੁਰੇ ਫਿਰਦਾ ਹੋਣਾ ਬਾਹਰ ਅੰਦਰ। ਭਾਂਡਾ ਹੋਰ ਮੰਗਾਉਣ ਦੀ ਲੋੜ ਪਵੇਗੀ, ਐਡਵਾਂਸ ਹੀ ਦੱਸ ਦੇ। ਬੰਦਾ ਥੱਕਿਆ ਬੈਠਾ ਲੱਗਦਾ। ਬੱਚੇ ਨੂੰ ਛੱਡ ਲਈ ਯਾਰ, ਸਾਨੂੰ ਬਦਵਾਵਾਂ ਨਾ ਦਿੰਦਾ ਰਿਹਾ ਵਿਚਾਰਾ ਕਿ ਮਦਰ ਸੈਨ ਟੀ ਵੀ ਆਇਆ, ਤੁਹਾਨੂੰ ਸਾਰੀ ਸਫਾਈ ਕਰਵਾ ਦਿੱਤੀ, ਬਰਤਨ ਨੇੜੇ ਲਾਇਆ। ਇਹ ਬੱਚੇ ਨੂੰ ਛੱਡੋ ਪਹਿਲਾਂ, ਤੁਸੀਂ ਬਰਤਨ ਲਿਆਓ ਭਾਈ ਜੀ, ਫਟਾਫਟ ਬੱਚਿਆਂ ਨੂੰ ਲਿਆਓ ਤੁਸੀਂ। ਮਾਰੋ ਗੜਵੀਆਂ ਭਾਈ ਇਹਨੂੰ, ਮਾੜਾ ਜਿਹਾ ਠੰਡਾ ਕਰੋ ਦੁੱਧ ਨੂੰ। ਮੋਬਾਈਲ ਰੱਖ ਦਿਓ ਇੱਥੇ ਅਤੇ ਇਹਨੂੰ ਪਲਟੋ ਇੱਕ ਦੋ ਵਾਰੀ ਨਾ, ਇਹਦੇ 'ਚ ਪਲਟੋ ਬਾਲੀ, ਚੱਕ ਚੁੱਕ ਮਾਰੋ। ਬਸ ਠੀਕ ਹੈ, ਠੀਕ ਮਾਰੋ ਮਾਰੋ ਤੁਸੀਂ, ਕੋਈ ਨਹੀਂ ਖੜਾ ਰਹਿੰਦਾ ਮੋਬਾਈਲ ਨੂੰ। ਇਹਦੇ 'ਚ ਪਲਟ ਯਾਰ ਇੱਕ ਵਾਰੀ, ਇਹਦੇ 'ਚ ਪਲਟ। ਇਹ ਪਤੀਲਾ ਵੇਖ ਲਓ ਦੋਸਤੋ, ਖਾਲੀ ਪਤੀਲਾ ਖਾਲੀ ਭਾਈ। ਇਹ ਨਾ ਕਿਹਾ ਜੀ ਕਿ ਮਦਰ ਸੈਨ ਟੀ ਵੀ ਨੇ ਪਤਾ ਨਹੀਂ ਕੀ ਪਾ ਪੂ ਦਿੱਤਾ ਵਿੱਚ, ਡੋਰ ਰਿਹਾ ਭਾਈ ਜੀ। ਚੁੱਕ ਦਿਓ, ਚੁੱਕ ਦਿਓ ਤਾਂ, ਚੁੱਕ ਦਿਓ, ਚੁੱਕ ਦਿਓ, ਚੁੱਕ ਦਿਓ, ਚੁੱਕ ਦਿਓ। ਠੀਕ ਹੋ ਗਿਆ ਜੀ, ਅੱਛਾ ਜੀ ਠੀਕ ਹੋ ਗਿਆ। ਗੜਵੀ ਨਾ ਉੱਤੋਂ ਮਾਰੋ ਅਤੇ ਬਾਲਟੀ 'ਚ ਮਿਣ ਦਿਓ। ਕੈਮਰਾਮੈਨ ਸਾਹਿਬ ਲਾ ਕੇ ਰੱਖਿਆ ਜੀ ਸਾਲੀ ਨਾਲ। ਤੁਸੀਂ ਭਾਈ ਜੀ ਬੱਚਾ ਛੱਡ ਦਿਓ ਮਾੜਾ ਜਿਹਾ, ਮਿਹਰਬਾਨੀ ਕਰੋ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਇੱਕ, ਦੋ, 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 ਤਿੰਨ, ਤਿੰਨ,
ਤਿੰਨ ਇਹ ਚਾਰ ਜੀ, ਚਾਰ ਉਵੇਂ ਪਾ ਲਓ, ਉਵੇਂ ਪਾ ਲਓ ਦੂਜੀ ਤਰ੍ਹਾਂ, ਇਸ ਤਰ੍ਹਾਂ ਉਲਟਾ ਕੇ ਪਾਓ ਨਾ, ਪਤੀਲਾ ਪਾ ਚੱਕੋ ਇਸ ਤਰ੍ਹਾਂ ਚੱਕ, ਚਾਰ ਚਾਰ ਚਾਰ, ਚਲੋ ਇਹ ਪੰਜ ਪੰਜ, ਇਹ ਪੰਜ, ਇਹ ਛੇ ਜੀ, ਥੋੜ੍ਹੀ ਜਿਹੀ ਹੋਣੀ ਗੱਲ ਜੀ, ਛੇ ਹੋ ਗਿਆ ਜੀ। ਇਹ ਜੀ 12 ਲੀਟਰ ਦੁੱਧ ਦੇ ਮੱਝ ਕੋਲ ਬੱਚੇ ਨੂੰ ਛੱਡ ਕੇ 12 ਲੀਟਰ ਦੁੱਧ। ਕੈਮਰਾਮੈਨ ਸਾਹਿਬ ਇੱਕ ਮੱਝ ਫਿਰ ਵਿਖਾ ਦਿਓ ਜ਼ਰਾ ਭਾਈ ਜੀ, ਬੱਚੇ ਨੂੰ ਬੰਨ ਲਓ ਮਾੜਾ ਜਿਹਾ, ਇਹਨੂੰ ਬੰਨੋ ਯਾਰ, ਫਿਰ ਮੈਂ ਗੱਲ ਕਰ ਲੈਣਾ, ਬੰਨ ਦਿਓ ਬੰਨ ਦਿਓ। ਇਹ ਭਾਈ ਮੱਝ, ਆ ਜਾਓ ਭਾਈ ਆ ਜਾਓ, ਇਹ ਮੱਝ ਜੀ 12 ਲੀਟਰ ਮੱਝ ਕੋਲ ਦੁੱਧ ਹੈ ਜੀ, ਇਹ ਮੱਝ ਹੈ ਦੋਸਤੋ। ਸੱਲੀ ਨਾਲ ਕੈਮਰਾਮੈਨ ਸਾਹਿਬ ਵਿਖਾ ਦਿਓ ਮੱਝ, ਇਹ ਝੋਟੀ ਹੈ, ਦੂਜਣ ਝੋਟੀ ਹੈ। ਆ ਜਾਓ ਭਾਈ ਤੁਸੀਂ ਮੇਰੇ ਕੋਲ, ਆ ਜਾਓ ਇੱਧਰ, ਆਪਾਂ ਗੱਲ ਕਰ ਲੈਂਦੇ ਹਾਂ। ਉਹ ਮੱਝ ਫਿਰ ਵਿਖਾਵੀ ਮਾੜੀ ਜੀ, ਹਾਂ ਠੀਕ ਹੈ, ਦੂਜਾ ਸੋ। ਚਲੋ ਜੀ ਕੈਮਰਾਮੈਨ ਸਾਹਿਬ ਉਰੇ ਆ ਜਾਓ, ਥੋੜ੍ਹਾ ਜਿਹਾ ਨੇੜੇ ਹੋ ਜਾਓ, ਉਰੇ ਆ ਜਾਓ ਥੋੜ੍ਹਾ ਜਿਹਾ ਭਾਈ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਈ ਜੀ, ਕੀ ਹਾਲ ਨੇ? ਠੀਕ ਠਾਕ ਜੀ, ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ। ਕੀ ਨਾਂ ਤੁਹਾਡਾ? ਅਲੀ ਯੂਸਫ ਭਾਈ। ਅਲੀ ਯੂਸਫ, ਇਹ ਤੁਹਾਡੀ ਇੱਕ ਝੋਟੀ ਵਿਖਾਈ ਹੈ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸਣਾ ਹੈ ਕਿ ਸੁਬਾਹ ਕਿੰਨਵਾਂ ਸੋਈ? ਦੂਸਰਾ। ਦੂਸਰਾ ਸੁਬਾਹ ਸੋਈ, ਇਹਦੇ ਪਿੱਛੇ ਕੀ? ਕੱਟਾ, ਇਹਦੇ ਪਿੱਛੇ ਕੱਟਾ, ਇਹਦੇ ਪਿੱਛੇ ਇਹਨੂੰ ਸੂਈ ਨੂੰ ਭਾਈ ਕਿੰਨੇ ਦਿਨ ਹੋ ਗਏ? ਇਹਨੂੰ 21-22 ਦਿਨ ਹੋ ਗਏ। 21-22 ਦਿਨ ਹੋ ਗਿਆ। ਫਾਈਨਲ ਜਿਹੜਾ ਦੁੱਧ ਹੈ ਦੋਵਾਂ ਟਾਈਮਾਂ ਦਾ ਬੱਚੇ ਨੂੰ ਛੱਡ ਕੇ ਕਿੰਨਾ? ਬੱਚੇ ਨੂੰ ਛੱਡ ਕੇ 12 ਲੀਟਰ ਦੁੱਧ ਦੇ ਦਿੱਤੇ। ਅਗਰ ਕੋਈ ਬੰਦਾ ਚੁਆਵੇ ਦੋ ਟਾਈਮ ਤੇ ਬੱਚੇ ਨੂੰ ਛੱਡ ਕੇ ਤੁਸੀਂ ਦੋ ਟਾਈਮ ਦੁੱਧ ਪੂਰਾ ਕਰਾਓਗੇ? ਹਾਂ, ਚੁਆਵਾਂਗੇ, ਚੁਆ ਕੇ ਦੋ ਟਾਈਮ ਤਸੱਲੀ ਕਰਾ। 12 ਲੀਟਰ ਦੁੱਧ ਠੀਕ ਹੋ ਗਿਆ? ਠੀਕ ਠੀਕ ਹੈ, ਅਸੀਂ ਚੁਆਇਆ ਵੀ ਹੈ ਜੀ, ਇੱਕ ਟਾਈਮ ਤੁਹਾਡੇ ਸਾਹਮਣੇ ਚੁਆਈ ਕਰਾਈ ਮਦਰਸਾ ਐਂਡ ਟੀਵੀ ਨੇ। ਅੱਛਾ, ਪਿਆਰ ਮੁਹੱਬਤ ਵਾਲੇ ਫਾਈਨਲ ਜਿਹੜੇ ਪੈਸੇ ਨੇ, ਮੁੱਲ ਜ਼ਿਆਦਾ ਨਹੀਂ ਕਰਨਾ, ਮੁੱਲ ਪੂਰਾ ਕਰਨਾ, ਜ਼ਿਆਦਾ ਮੁੱਲ ਨਹੀਂ ਮੰਗਣਾ, ਕਿਉਂਕਿ ਜਿਹੜਾ ਜ਼ਿਆਦਾ ਮੁੱਲ ਬੰਦਾ ਮੰਗਦਾ ਉਹਦਾ ਡੰਗਰ ਖੜਾ ਰਹਿੰਦਾ, ਉਹ ਵਿਕਦਾ ਨਹੀਂ ਫਿਰ। ਪਿਆਰ ਮੁਹੱਬਤ ਵਾਲੇ, ਇਹਦਾ ਮੁੱਲ ਕੀ? ਇਹਦਾ 2-10 ਹੈ ਜੀ, 2,10,000। 2,10,000? ਹਾਂਜੀ, 2,10,000। ਇਹਦੇ ਵਿੱਚ ਕੋਈ ਪਿਆਰ ਮੁਹੱਬਤ ਥੋੜ੍ਹੀ ਬਹੁਤੀ? ਇਹਦੇ ਵਿੱਚ ਥੋੜ੍ਹੀ ਬਹੁਤੀ ਕਰ ਲਾਂਗੇ। ਅੱਛਾ, ਜ਼ਿਆਦਾ ਨਹੀਂ ਕਰੋਗੇ? ਚਲੋ ਕਰ ਲਵੇ ਯਾਰ, ਠੀਕ ਹੈ, ਕਰ ਲਾਂਗੇ ਥੋੜ੍ਹੀ। ਠੀਕ ਹੋ ਗਿਆ, ਮੈਂ ਉਮੀਦ ਕਰਨਾ ਕਿ ਦੋਸਤੋ ਅੱਜ ਵਾਲੀ ਵੀਡੀਓ ਬੜੀ ਪਸੰਦ ਆਵੇਗੀ ਤੁਹਾਨੂੰ, ਅਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਨੰਬਰ ਮੇਰਾ 0304-79-76-76, ਇਹੋ ਹੀ ਮੇਰਾ ਵਟਸਐਪ ਨੰਬਰ ਹੈ, ਇਹੋ ਹੀ ਈਮੋ ਦਾ ਨੰਬਰ ਹੈ, ਹਰ ਵੀਡੀਓ ਥੱਲੇ ਮੇਰਾ ਨੰਬਰ ਲੱਗਾ ਹੁੰਦਾ ਹੈ। ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ ਹੈ ਅਤੇ ਨਾਲ ਇੱਕ ਬੈੱਲ ਦਾ ਬਟਨ ਹੈ ਉਹਨੂੰ ਵੀ ਲਾਜ਼ਮੀ ਓਕੇ ਕਰਨਾ ਹੈ। ਮਿਲਣੇ ਅਗਲੀ ਵੀਡੀਓ ਦੇ ਵਿੱਚ, ਪਾਕਿਸਤਾਨ ਜ਼ਿੰਦਾਬਾਦ।